ਅਵੇ ਡੋਲੀ ਭਾਈ ਪਹੁੰਚੇ ਹੋ ਅੱਜ ਸਮਾਗਮ ਸ਼ਿਰਕਤ ਕੀਤੀ ਹੈ ਪਰਸੋਂ ਜਿਹੜਾ ਨਜ਼ਰਬੰਦ ਕੀਤਾ ਗਿਆ ਸੀਗਾ ਕੱਲ ਇੱਕ ਸਮਾਗਮ ਕਰਨਾਲ 'ਚ ਵੀ ਤੁਸੀਂ ਦੇਖ ਆਏ ਹੋ ਕੀ ਕਹਿਣਾ ਚਾਹੋਗੇ ਅੱਜ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੋ ਨਹੀਂ ਦੇਖੋ ਪਰਸੋਂ ਨਜ਼ਰਬੰਦ ਕੀਤਾ ਸੀ ਉਸ ਤੋਂ ਬਾਅਦ 'ਚ ਜਿਹੜਾ ਵਾ ਕੱਲ ਆਪਣਾ ਸਮਾਗਮ ਕਰਨਾਲ 'ਚ ਵੀ ਬੜੀ ਚੜ੍ਹਦੀ ਕਲਾ ਨਾਲ ਹੋਇਆ ਅੱਜ ਵੀ ਹੋਇਆ ਇੱਥੇ ਵੀ ਸਮਾਗਮ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਬਹੁਤ ਥਾਵਾਂ 'ਤੇ ਸਮਾਗਮ ਹੋ ਰਹੇ ਆ ਸੋ ਨਹੀਂ ਅੱਜ ਕੋਈ ਰੋਕਥਾਮ ਐਸੀ ਨਹੀਂ ਹੈਗੀ ਸੋ ਐਵੇਂ ਝੂਠ 'ਤੇ ਨਹੀਂ ਬੋਲਿਆ ਜਾ ਸਕਦਾ ਜਿਹੜੀ ਨਹੀਂ ਹੈਗੀ ਨਹੀਂ ਹੈਗੀ ਅੱਜ ਕੱਲ੍ਹ ਭਾਈ ਪਹਿਲਾਂ ਵੀ ਅੰਮ੍ਰਿਤ ਸੰਚਾਰ ਹੁੰਦੇ ਸੀ ਅਤੇ ਹੁਣ ਵੀ ਹੋ ਰਿਹਾ ਕਿ ਕਾਰਨ ਜਿਹੜਾ ਯੂਥ ਹੁਣ ਜ਼ਿਆਦਾ ਤੁਹਾਡੇ ਨਾਲ ਜੁੜ ਰਿਹਾ ਨਹੀਂ ਦੇਖੋ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਆ ਵੀ ਕਿਹਦੇ ਨਾਲ ਕਿੰਨੇ ਜੁੜਨਾ ਐਵੇਂ ਬੰਦਾ ਕੋਈ ਅਹੰਕਾਰ ਕਰਕੇ ਬਹਿ ਜੇ ਅਹੰਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਗੱਲਾਂ ਦਾ ਨੌਜਵਾਨਾਂ ਨੂੰ ਇੱਕ ਇਹ ਆ ਵੀ ਉਹਨਾਂ ਦੇ ਜਜ਼ਬਾਤਾਂ ਦੀ ਕੋਈ ਤਰਜਮਾਨੀ ਕਰਦਾ ਹੋਵੇ ਜਿਹੜਾ ਬੰਦਾ ਜਿੰਨੇ ਵੀ ਅੱਗੇ ਲੱਗਣਾ ਸੋ ਇਹ ਜ਼ਰੂਰੀ ਹੈ ਵੀ ਜਿੰਨੇ ਵੀ ਨੌਜਵਾਨਾਂ ਦੀ ਅਗਵਾਈ ਕਰਨੀ ਹੈ ਉਹ ਢਿੱਲੀ ਮੱਠੀ ਗੱਲ ਨਾਲ ਨਹੀਂ ਗੱਲ ਬਣਨੀ ਉਹਨੂੰ ਕੰਮ ਖਿੱਚ ਕੇ ਰੱਖਣਾ ਪੈਣਾ ਅਤੇ ਜਿਹੜਾ ਅੰਮ੍ਰਿਤ ਸੰਚਾਰ ਹੈ ਉਹ ਪਿਛਲੇ 10-12 ਸਾਲ ਦੇ ਵਿੱਚ ਪ੍ਰਚਾਰਕਾਂ ਵੱਲੋਂ ਇਹਦਾ ਜ਼ਿਕਰ ਬਹੁਤ ਘਟਾਇਆ ਗਿਆ ਕਥਾ ਵੀ ਕਰ ਜਾਣੀ ਪੂਰੀ ਦੀ ਪੂਰੀ ਅਤੇ ਮਗਰੋਂ ਇਹ ਹੋਕਾਵਾਂ ਨਾ ਦੇਣਾ ਅੰਮ੍ਰਿਤ ਸੰਚਾਰ ਦਾ ਅਤੇ ਬਹੁਤੀਆਂ ਥਾਵਾਂ 'ਤੇ ਅੰਮ੍ਰਿਤ ਸੰਚਾਰ ਚੱਲਦਾ ਹੀ ਨਹੀਂ ਹੁਣ ਉਹ ਕਿਤੇ ਸਾਲ ਬਾਅਦ ਇੱਕ ਵਾਰੀ ਕਰਦੇ ਆ ਸੋ ਸਾਨੂੰ ਇਹ ਜ਼ਰੂਰੀ ਆ ਵੀ ਅਸੀਂ ਜਿਹੜਾ ਵਾ ਇਹ ਰਵਾਇਤ ਦੁਬਾਰਾ ਸ਼ੁਰੂ ਕਰੀਏ ਨੌਜਵਾਨਾਂ ਨੂੰ ਮੋੜ ਕੇ ਇਸ ਪਾਸੇ ਲੈ ਕੇ ਆਈਏ ਅਤੇ ਜਿਹੜੇ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਹੋਰ ਕ੍ਰਿਤੀਆਂ 'ਚੋਂ ਕੱਢ ਕੇ ਗੁਰੂ ਦੇ ਨਾਲ ਜੋੜੀਏ ਸੂਰੀ ਦੇ ਕਤਲ ਕੇਸ 'ਚ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਨਾਂ ਸੀਗਾ ਕੱਲ੍ਹ ਸਿੱਟ ਵੱਲੋਂ ਕਿਹਾ ਗਿਆ ਕਿ ਕੋਈ ਨਾਮ ਨਹੀਂ ਆ ਰਿਹਾ ਉਹਨਾਂ ਦਾ ਬਿਲਕੁਲ ਕਲੀਨ ਚਿੱਟ ਇੱਕ ਸਾਹਿਬ ਦੀ ਦੇ ਦਿੱਤੀ ਗਈ ਹੈ ਨਹੀਂ ਦੇਖੋ ਸੱਚ ਆ ਕੂੜ ਨਖੱਟੇ ਨਾਨਕਾ ਓੜਕ ਸੱਚ ਰਹੀ ਜਿਹੜੀ ਗੱਲ ਸੱਚ ਆ ਉਹ ਨੌਜਵਾਨ ਨੇ ਜੋ ਕੀਤਾ ਅਸੀਂ ਉਹਦੀ ਨਿੰਦਿਆ ਵੀ ਨਹੀਂ ਕਰਦੇ ਅਸੀਂ ਸਗੋਂ ਕਹਿੰਦੇ ਹਾਂ ਵੀ ਉਹ ਕੰਮ ਉਹਨੂੰ ਕਰਨਾ ਹੀ ਪਿਆ ਅਖੀਰ ਨੂੰ ਸਿੱਖਾਂ ਕੋਲ ਕੋਈ ਰਾਹ ਨਹੀਂ ਬਚਦਾ ਹੋਰ ਪਰ ਜਿਹੜਾ ਹੁਣ ਜੇ ਸਾਡੀ ਇਨਵੋਲਵਮੈਂਟ ਹੁੰਦੀ ਤਾਂ ਫਿਰ ਆਈ ਜਾਣੀ ਸੀ ਸਾਹਮਣੇ ਜੇ ਨਹੀਂ ਹੈਗੀ ਤਾਂ ਨਹੀਂ ਹੈਗੀ ਪਰ ਇਹ ਆ ਵੀ ਉਹਦੇ ਪਰਿਵਾਰ ਦੀ ਜੋ ਵੀ ਕੁਛ ਆ ਉਹ ਅਸੀਂ ਜ਼ਰੂਰ ਵੇਖਾਂਗੇ ਕਿਉਂਕਿ ਉਹਦੀਆਂ ਬੱਚੀਆਂ ਨੂੰ ਉਹਦੀਆਂ ਭੈਣਾਂ ਨੂੰ ਜੇ ਕੋਈ ਧਮਕੀ ਦਿੰਦਾ ਤਾਂ ਉਹ ਆਪਣਾ ਖਿਆਲ ਕਰ ਲਵੇ ਵੀ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਉਹਦਾ ਪਰਿਵਾਰ ਜਿਹੜਾ ਵਾ ਉਹ ਪੰਥ ਦੀ ਜ਼ਿੰਮੇਵਾਰੀ ਆ ਹੁਣ ਹੈ ਅਤੇ ਸੂਰੀ ਨੇ ਸਿੱਖਾਂ ਦੇ ਖਿਲਾਫ ਜੋ ਕੁਛ ਬੋਲਿਆ ਸੀ ਜਿੰਨਾ ਹਰ ਸਿੱਖ ਚਾਹੁੰਦਾ ਸੀ ਵੀ ਇਹਦਾ ਕੁਛ ਨਾ ਕੁਛ ਹੱਲ ਹੋਵੇ ਕੋਈ ਕਰਨ ਦੀ ਹਿੰਮਤ ਕਰਦਾ ਕੋਈ ਨਹੀਂ ਕਰਦਾ ਪਰ ਹਰ ਇੱਕ ਸਿੱਖ ਚਾਹੁੰਦਾ ਸੀ ਕਾਨੂੰਨ ਨੇ ਕੁਛ ਨਹੀਂ ਕੀਤਾ ਕਾਨੂੰਨ ਨੇ ਸਗੋਂ ਉਹਨੂੰ ਰਾਖੀ ਉਹਦੀ ਪ੍ਰੋਟੈਕਸ਼ਨ ਦੇ ਕੇ ਉਹਨੂੰ ਸਿੱਖਾਂ ਦੇ ਖਿਲਾਫ ਹੋਰ ਬੁਲਵਾਇਆ ਉਹਦਾ ਮੁੰਡਾ ਹੁਣ ਉਸੇ ਰਾਹ 'ਤੇ ਤੁਰਿਆ ਅੱਜ ਵੀ ਕਾਨੂੰਨ ਨੂੰ ਚਾਹੀਦਾ ਵੀ ਜਿਹੜਾ ਅਮਨ ਕਾਨੂੰਨ ਦੀ ਵਿਵਸਥਾ ਪਤਾ ਕਦੋਂ ਵਿਗੜਦੀ ਹੈ ਜਦੋਂ ਤੁਸੀਂ ਇੱਕ ਧਿਰ ਨੂੰ ਸੁਰੱਖਿਆ ਦੇ ਕੇ ਦੂਜੀ ਧਿਰ ਦੇ ਪੂਰੀ ਕੌਮ ਦੇ ਖਿਲਾਫ ਬੋਲਣ ਦੀ ਇਜਾਜ਼ਤ ਤੇ ਖੁੱਲ੍ਹ ਦਿੰਦੇ ਤੇ ਸ਼ਹਿ ਦਿੰਦੇ ਜੋ ਅਤੇ ਮਗਰੋਂ ਦੂਜੀ ਕੌਮ ਜਿਹਦੀ ਅਦਾਲਤ ਕੋਈ ਸੁਣਵਾਈ ਨਹੀਂ ਜਿਹਦੀ ਪੁਲਿਸ ਨਾ ਸੁਣੇ ਜਿਹਦੀ ਕਾਨੂੰਨ ਨਾ ਸੁਣੇ ਉਹਦੇ ਕੋਲ ਫਿਰ ਇੱਕੋ ਰਾਹ ਬਚਦਾ ਜੇ ਹਕੂਮਤ ਚਾਹੁੰਦੀ ਆ ਵੀ ਸਿੱਖ ਇਸ ਰਾਹ 'ਤੇ ਨਾ ਤੁਰਨ ਇਹਨਾਂ ਬੰਦੇ ਨੂੰ ਆਪ ਹੀ ਨੱਥ ਪਾਈ ਜਾਵੇ ਕਿਉਂਕਿ ਫਿਰ ਸਿੱਖਾਂ ਨੂੰ ਤਾਂ ਪਾਉਣੀ ਪਊਗੀ ਅਖੀਰ ਨਹੀਂ ਪਰਿਵਾਰ ਦੀ ਸੁਰੱਖਿਆ ਦੀ ਜਿਹੜੀ ਹੈ ਸਹਾਇਤਾ ਦੇਖੋ ਜਿਹੜੀ ਵੀ ਚੀਜ਼ ਦੀ ਪਰਿਵਾਰ ਜਿਹੜਾ ਇਕੱਲੇ ਸੰਦੀਪ ਸਿੰਘ ਦਾ ਪਰਿਵਾਰ ਨਹੀਂ ਜਿੰਨੇ ਵੀ ਸਿੱਖ ਨੇ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਅਸੀਂ ਸਿੱਖਾਂ ਦੀ ਬਾਂਹ ਫੜਨੀ ਹੈ ਠੀਕ ਹੈ ਸੰਦੀਪ ਸਿੰਘ ਦਾ ਜੇ ਕੋਈ ਪਰਿਵਾਰ ਨੂੰ ਕਿਸੇ ਕਿਸਮ ਦੀ ਲੋੜ ਹੋਊਗੀ ਤਾਂ ਉਹਦੀ ਆਪਾਂ ਸਹਾਇਤਾ ਕਰਾਂਗੇ ਡਟ ਕੇ ਉਹਦੇ ਨਾਲ ਖੜਾਂਗੇ ਬਾਈ ਜੀ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਹੁਣ ਤੁਸੀਂ ਇੱਥੋਂ ਬਾਅਦ ਕਿੱਥੇ ਜਾਣ ਦਾ ਵਿਚਾਰ ਹੈ ਸ਼ਾਮ ਨੂੰ ਸਾਡਾ ਪ੍ਰੋਗਰਾਮ ਇਸੇ ਮੋਗੇ 'ਚ ਹੀ ਹੈ ਫਿਰ ਉਹ ਤੋਂ ਬਾਅਦ ਪਿੰਡ ਹੀ ਹੈ ਗੁਰਪਤਵੰਤ ਪੰਨੂ ਵੱਲੋਂ ਵੀ 10 ਲੱਖ ਦੀ ਮੈਡੀਕਲ ਸਹਾਇਤਾ ਜਿਹੜੀ ਦੇਣ ਦਾ ਐਲਾਨ ਕੀਤਾ ਗਿਆ ਸਰ ਚਲੋ ਉਹਨਾਂ ਦਾ ਹੋਊਗਾ ਉਹ ਵੀ ਚੰਗੀ ਗੱਲ ਹੈ ਜੇ ਕੋਈ ਦੇ ਰਿਹਾ ਤਾਂ ਆਪਾਂ ਤਾਂ ਉਹਨੂੰ ਇਹ ਨਹੀਂ ਕਹਿ ਸਕਦੇ ਕੋਈ ਮਾੜੀ ਗੱਲ ਸਹਾਇਤਾ ਦੇਣੀ ਕਿਸੇ ਨੂੰ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਜ਼ਰੂਰ ਆ ਵੀ ਜਿਹੜਾ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਰਾਹ 'ਤੇ ਨਾ ਤੋਰਨਾ ਜੇ ਹਕੂਮਤ ਚਾਹੁੰਦੀ ਵੀ ਨਾ ਤੁਰਨ ਅਤੇ ਹਕੂਮਤ ਕੋਲ ਬਹੁਤ ਵਸੀਲੇ ਨੇ ਸੂਰੀ ਨੂੰ ਨੱਥ ਪਾਉਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਹਿੰਦੂਆਂ ਦਾ ਵੀ ਆਗੂ ਨਹੀਂ ਇੱਥੇ ਬੜੀ ਇਹ ਕੀਤੀ ਜਾ ਰਹੀ ਵੀ ਹਿੰਦੂ ਆਗੂ ਮਾਰਿਆ ਗਿਆ ਵਾਰ ਵਾਰ ਸ਼ਬਦ ਨਹੀਂ ਵਰਤਣਾ ਚਾਹੀਦਾ ਹਿੰਦੂ ਕਿਹੜੇ ਇਹਨਾਂ ਨੂੰ ਆਪਣਾ ਆਗੂ ਮੰਨਿਆ ਸੀ ਕਿਹੜੀਆਂ ਵੋਟਾਂ ਜਿਹੜੀਆਂ ਲੜ ਕੇ ਉਹ ਆਗੂ ਬਣਿਆ ਸੀ ਉਹ ਸਿਰਫ ਕੁਛ ਬੰਦੇ ਆ ਜਿਹੜੇ ਇੱਧਰੋਂ ਸਿੱਖਾਂ ਵਾਲੇ ਵੀ ਹੈਗੇ ਨੇ ਉਹ ਭਾਵੇਂ ਰਵਨੀਤ ਬਿੱਟੂ ਵਰਗੇ ਹੋਣ ਭਾਵੇਂ ਮੰਡ ਵਰਗੇ ਹੋਣ ਇਹ ਸਾਰੇ ਬੰਦੇ ਦਿੱਲੀ ਦੀ ਬੋਲੀ ਬੋਲਦੇ ਨੇ ਸੋ ਇਹੋ ਬੰਦਿਆਂ ਨੇ ਪੰਜਾਬ ਦੇ ਵਿੱਚ ਖਲਾਰਾ ਪਾਇਆ ਹਿੰਦੂਆਂ ਅਤੇ ਸਿੱਖਾਂ ਦਾ ਵਿਵਾਦ ਇਹ 84 ਤੋਂ ਪਹਿਲਾਂ ਵੀ ਇਹਨਾਂ ਕਰਾਇਆ ਸੀ ਹੁਣ ਵੀ ਇਹਨਾਂ ਕਰਾਇਆ ਹੈ ਇਹਦੇ 'ਚ ਕੁਛ ਚੈਨਲ ਵੀ ਸ਼ਾਮਿਲ ਨੇ ਜਿਹੜੇ ਇਹਨਾਂ ਬੰਦਿਆਂ ਦੇ ਅੱਗੇ ਮਾਈਕ ਕਰਦੇ ਨੇ ਜਾ ਕੇ ਜਿਨ੍ਹਾਂ ਨੂੰ ਬੋਲਣ ਦੀ ਤਮੀਜ਼ ਨਹੀਂ ਜਿਹੜੇ ਵੀਡੀਓ 'ਤੇ ਕਹਿ ਰਹੇ ਨੇ ਵੀ ਸਿੱਖ ਸਰਦਾਰਾਂ ਨੂੰ ਕੱਢ ਕੱਢ ਕੇ ਮਾਰਾਂਗੇ ਹੈ ਨਾ ਸੋ ਆਪਾਂ ਇਹ ਗੱਲ ਸਮਝਣੀ ਹੈ ਵੀ ਇੱਥੇ ਦਿੱਲੀ ਅਤੇ ਪੰਜਾਬ ਦੀ ਜੰਗ ਹੈ ਲੜਾਈ ਹੈ ਆਪਸ 'ਚ ਕੋਈ ਲੜਾਈ ਨਹੀਂ ਹੈਗੀ ਹਾਂ ਜਿਹੜਾ ਬੰਦਾ ਦਿੱਲੀ ਦਾ ਦਲਾਲ ਬਣੂਗਾ ਚਾਹੇ ਉਹ ਸਿੱਖ ਹੋਵੇ ਅਸੀਂ ਐਲਾਨੀ ਅੱਗੇ ਵੀ ਕਿਹਾ ਸੀ ਹੁਣ ਫਿਰ ਕਹਿੰਦੇ ਹਾਂ ਜਿਹੜਾ ਬੰਦਾ ਦਿੱਲੀ ਦਾ ਦਲਾਲ ਬਣੂਗਾ ਉਹ ਸਾਡਾ ਵਿਰੋਧੀ ਹੈ ਜਿਹੜਾ ਬੰਦਾ ਦਿੱਲੀ ਦੇ ਵਿਰੁੱਧ ਖੜ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਡਟ ਕੇ ਉਹ ਸਾਡਾ ਹਮਾਇਤੀ ਹੈ ਸਾਥੀ ਹੈ ਉਹ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਉਹ ਗੱਲਾਂ ਕੋਈ ਫਰਕ ਨਹੀਂ ਲਾਸਟ ਕੁਐਸਚਨ ਸਿਰਫ ਸੈਨਾ ਆਗੂ ਕੱਲ ਇੱਕ ਬੁਲਟ ਪ੍ਰੂਫ ਜੈਕਟ ਵੀ ਦਿੱਤੀ ਗਈ ਹੈ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਰ ਉਹਨੂੰ ਕਹੋ ਵੀ ਜ਼ਬਾਨ ਦਾ ਰਸ ਹੈ ਜ਼ਬਾਨ ਦਾ ਰਸ ਚੋਂਦਾ ਇੱਕ ਫਕੀਰ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਚਲਾ ਗਿਆ ਹੈ
ਭੀੜਾ ਸੀ ਤੇ ਫਕੀਰ ਦੇ ਮਨ ਚ ਪਤਾ ਨਹੀਂ ਕੀ ਗੱਲ ਆਈ ਤੇ ਉਹ ਕਹਿੰਦਾ ਬੀਬੀ ਜਿਹੜੀ ਤੁਸੀਂ ਮੱਝ ਬੰਨੀ ਆ ਜੇ ਮਰ ਜਾਵੇ ਤੇ ਕੱਢੋਗੇ ਕਹਿੰਦੀ ਉਹ ਆਂਦੀ ਵੀ ਤੈਨੂੰ ਮੈਂ ਪ੍ਰਸ਼ਾਦਾ ਛਕਾਉਣ ਲੱਗੀ ਤੂੰ ਇਹੋ ਜਿਹੀ ਕਲਹਿਣੀ ਗੱਲ ਕਰਨ ਲੱਗਾ ਉਹਨੇ ਡੋਲੂ ਖੀਰ ਦਾ ਮਾਰਿਆ ਮੂੰਹ ਤੇ ਬਾਅਦ ਤੁਰਿਆ ਆਵੇ ਤੇ ਦਾੜੀ ਚੋਂ ਖੀਰ ਚੋਂਦੀ ਜਾਵੇ ਤੇ ਕਿਸੇ ਨੇ ਪੁੱਛਿਆ ਫਕੀਰ ਸਾਹਿਬ ਜੀ ਇਹ ਕੀ ਚੋਰਿਆ ਉਹ ਕਹਿੰਦਾ ਮੇਰੀ ਜ਼ਬਾਨ ਦਾ ਰਸ ਚੋਰਿਆ।